पंजाब सरकार जिथे कह रही है कि सरकारी खजाना खाली है, उत्थे सरकारी अधिकारी ते कांग्रेसी सरपंच सरकार दा नुकसान करन च लगे होए हन। जिस दी मिसाल तरनतान दे पिंड चंबा च पंचायती जमीन दी बोली करा के बार बार रद्द करन तो मिलदी है। इस संबंधी बोलीकार निशान सिंह ने दस्सिया कि मेरे वालों 3 वार बोली दित्ती गई पर सरपंच ते ब्लाक अफसर दी कथित तौर ते मिली भुगत नाल बोली रद्द कर दित्ती जांदी है। इस संबंधी ब्लाक अफसर ने कहा कि निजमां अनुसार पिछले साल नालों इस साल वध बोली चाहिदी है, जिस करके बोली रद्द हो रही है ਅਤੇ ਹੁਣ ਪੰਚਾਇਤੀ ਜ਼ਮੀਨ ਤੇ ਬੂਟੇ ਲਗਾਉਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਚੰਬਾ ਖੁਰਦ ਜੀ ਪਿੰਡ ਮੇਰਾ। ਕੀ ਮਾਮਲਾ ਹੈ ਜੀ? ਇਹ ਪੰਚਾਇਤ ਦੀ ਜ਼ਮੀਨ ਹੈ ਜੀ ਤੇ ਇਹ ਬੋਲੀ ਕਰਵਾਉਂਦੇ ਅਸੀਂ ਹਰ ਸਾਲ ਲੈਂਦੇ ਪੈਲੀ ਤੇ। ਐਰਕਾ ਇਹਨਾਂ ਨੇ ਬੋਲੀ ਨਹੀਂ ਕਰਵਾਈ, ਜੇ ਬੋਲੀ ਕਰਵਾਉਂਦੇ ਤਾਂ ਸਾਨੂੰ ਦਿੰਦੇ ਨਹੀਂ। ਅਸੀਂ 35000 ਰੁਪਇਆ ਲਾਇਆ ਪੰਚਾਇਤੀ ਪਿੰਡ ਦਾ, 3 ਵਾਰ ਬੋਲੀ ਕਰਵਾ ਕੇ ਤੇ ਇਹਨਾਂ ਨੇ ਕੈਂਸਲ ਕਰਤੀ ਆ। ਸਾਰੇ ਪਿੰਡ ਦੇ ਸਾਈਨ ਹੋਏ ਉੱਤੇ ਤੇ ਇਹ ਆਂਦੇ ਤੁਹਾਨੂੰ ਜ਼ਮੀਨ ਦੇਣੀ ਨਹੀਂ ਗੀ। ਕੌਣ ਕਹਿੰਦੇ ਨੇ? ਇਹ ਸਰਪੰਚ ਜਸਵੀਰ ਸਿੰਘ ਦੇ ਘਰ ਦੀ ਸਰਪੰਚ ਆ, ਉਹ ਕਹਿੰਦੇ ਵੀ ਅਸੀਂ ਜ਼ਮੀਨ ਤੁਹਾਨੂੰ ਦੇਣੀ ਹੋ ਕੇ ਨੂੰ ਦੇਣੇ। ਬੂਟੇ ਲਾ ਦੇਣੇ, ਬੂਟੇ ਪੈਲੀ ਸਾਡੇ ਪਿੰਡ ਦੇ 1 ਕਿੱਲਾ ਪੈਲੀ ਜਿਹੜੀ ਹੈਗੀ ਤੇ ਉਹ ਬੂਟੇ ਕਿਲਾ ਕੇ ਤੇ ਕੀ ਕਰਨਾ, ਮੁੜ ਕੇ ਪਿੰਡ ਦਾ ਸਾਰਾ ਵਿਕਾਸ ਬੰਦ ਹੋ ਜਾਣਾ ਕੰਮ ਦਾ। ਹੋਰ ਕੋਈ ਬੋਲੀ ਦੇਣ ਵੀ ਨਹੀਂ ਆਇਆ, ਨਾ ਕੋਈ ਗੱਲ ਤੇ ਪੈਲੀ ਸਾਰੇ ਪਿੰਡ ਸਾਡੇ ਨਾਲ ਸਹਿਮਤ ਪੈਲੀ ਦੇਣ ਨੂੰ। ਇਹ ਇਕੱਲਾ ਸਰਪੰਚ ਦਾ ਤੁਹਾਨੂੰ ਬੋਲੀ ਨਹੀਂ ਪੈਲੀ ਨਹੀਂ ਦੇਣੀ। ਇਹਦੇ ਨਾਲ ਸਰਕਾਰ ਨੂੰ ਪੈਸਾ ਜਾਏਗਾ ਜਿਹੜਾ ਤੁਸੀਂ ਬੋਲੀ ਦੇ ਰਹੇ ਹੋ? ਹਾਂਜੀ, ਸਰਕਾਰ ਦੇ ਪੈਸੇ ਜਮ੍ਹਾਂ ਹੋਣਗੇ, ਪਿੰਡ ਦੇ ਵਿੱਚ ਲੱਗਣਗੇ, ਪਰ ਇਹ ਕਹਿੰਦੇ ਵੀ ਲਾਉਣੇ ਨਹੀਂ ਕਿ ਅਸੀਂ ਉਤਰਾ ਹੀ ਕਰਨਾ, ਪੈਲੀ ਕਿਸੇ ਨੂੰ ਨਹੀਂ ਦੇਣੀ, ਪਿੰਡ ਦਾ ਨੁਕਸਾਨ ਕਰਨਾ ਹੈ। ਪਿੰਡ ਦਾ ਜਿਹੜਾ ਸਰਪੰਚ ਜਾਣਬੁੱਝ ਕੇ ਤੁਹਾਨੂੰ ਖਰਾਬ ਜਾਣਬੁੱਝ ਕੇ ਕਰ ਰਿਹਾ ਜੀ, ਪਾਰਟੀ ਬਾਈ ਤੌਰ ਤੇ ਕਰ ਰਿਹਾ। ਅੱਜ ਤੁਸੀਂ ਕਿੱਥੇ ਆਏ ਹੋ? ਅੱਜ ਅਸੀਂ ਨਸ਼ਹਿਰਾ ਬਲਾਕ ਦੇ ਵਿੱਚ ਆਏ ਹਾਂ ਜੀ। ਵੀਡੀਓ ਸਾਹਿਬ ਨੂੰ ਵੀ ਦਰਖਾਸਤ ਲੱਗਿਆ ਦੇਣ ਤੇ ਵਾਰ-ਵਾਰ ਵੀਡੀਓ ਸਾਹਿਬ ਨੂੰ ਮਿਲਿਆ ਬੋਲੀ ਕਰਵਾਓ, ਸਾਡੇ ਤੋਂ ਪੈਸੇ ਲਓ। ਪੈਸੇ ਲੈ ਕੇ ਆਉਣੇ, ਗੁਰਦੁਆਰਾ ਸਾਹਿਬ ਬੋਲੀ ਹੁੰਦੀ ਆ, ਸਾਡੇ ਤੋਂ ਪੈਸੇ ਲੈਂਦੇ ਨੇਗੇ ਜੀ। ਕੀ ਤੁਸੀਂ ਮੰਗ ਕਰਦੇ ਹੋ? ਅਸੀਂ ਇਹਨਾਂ ਜੀ ਪੰਚਾਇਤ ਦੀ ਬੋਲੀ ਕਰਕੇ ਸਾਨੂੰ ਮਾਫ ਦਿੱਤੀ ਜਾਵੇ। ਫਿਰ ਤੇ ਨਜਾਇਜ਼ ਪਰਚਾ ਸਾਡੇ ਤੇ ਕਰਵਾਈ ਜਾਂਦੇ ਆ ਬਿਨਾਂ ਵਜ੍ਹਾ ਕੋਈ ਗੱਲ ਤੋਂ। ਕੋਈ ਰੰਜਿਸ਼ ਹੈ? ਕੋਈ ਪਾਲਟੀ ਬਾਜੀ ਰੱਖੀ ਜਾਂਦੇ ਆ ਜੀ ਐਵੇਂ ਆਪਣੇ ਪਿੰਡ ਤੌਰ ਤੇ ਹੀ। ਤੁਸੀਂ ਕਿਹੜੀ ਪਾਰਟੀ ਸੰਬੰਧ ਰੱਖਦੇ ਹੋ? ਅਸੀਂ ਪਾਰਟੀ, ਮੈਂ ਅਕਾਲੀ ਦਲ ਨਾਲ, ਇਹ ਕਾਂਗਰਸ ਨਾਲ ਸੀ ਤੇ ਇਸ ਕਰਕੇ ਸਾਨੂੰ ਇਹ ਕਰਨ ਰਿਹਾ ਵੀ ਇਹਨਾਂ ਨੂੰ ਐਂ ਕਰਨਾ। ਜਿੱਥੇ ਮਰਜ਼ੀ ਦਰਖਾਸਤ ਦੇ ਆਉਂਦੇ ਜਾ ਕੇ ਤੇ ਪਰਚਾ ਕਰਵਾ ਦਿੰਦੇ ਆ। ਇੱਕ ਮੇਰਾ ਗਵੰਡੀ ਆ ਨਿਸ਼ਾਨ ਸਿੰਘ, ਉਹਦੇ ਜਾ ਕੇ ਦਰਖਾਸਤ ਦੇ ਕੇ ਪਰਚਾ ਵੈਸੇ ਕਰਵਾ ਕੇ ਦਿੱਤਾ ਵਾ। ਹੁਣ ਪੈਲੀ ਤੇ ਉਹਨੇ ਲਈ ਵੀ ਨਹੀਂ ਗਈ ਤੇ ਕੋਈ ਗੱਲ ਪੈਲੀ ਜੇ ਬੋਲੀ ਨਹੀਂ ਹੋਈ ਤੇ ਪੈਲੀ ਕੀ ਲੈਣੀ ਸੀ ਤੇ ਜਾ ਕੇ ਤੇ ਇਹਨਾਂ ਨੇ ਪਰਚਾ ਕਰਵਾ ਕੇ ਦਿੱਤਾ। ਤੁਸੀਂ ਚਾਹੁੰਦੇ ਮਤਲਬ ਪੈਲੀ ਦੇ ਅਸੀਂ ਕਹਿੰਦੇ ਬੋਲੀ ਹੋਵੇ ਉਹ ਤਾਂ ਗੁਰਦੁਆਰਾ ਸਾਹਿਬ ਤੇ ਹਰ ਤੋਂ ਪੈਸੇ ਲੈਣ ਤੇ ਜੇ ਕੋਈ ਵੱਧ ਚੜ ਕੇ ਲੈਂਦਾ ਤਾਂ ਹੋਰ ਕੋਈ ਤੇ ਹੋਰ ਕਿਸੇ ਨੂੰ ਦੇ ਦੇਣ। ਪਿੰਡ ਦਾ ਵਿਕਾਸ ਤੇ ਹੋਵੇ, ਪਿੰਡ 'ਚ ਪੈਸੇ ਤਾਂ ਲੱਗਣ। ਠੀਕ, ਆਹ ਗੱਲ ਅਸੀਂ ਚਾਹੁੰਦੇ ਜੀ। ਹਾਂਜੀ ਸਰ। ਹਾਂਜੀ, ਮੈਂ ਨਿਸ਼ਾਨ ਸਿੰਘ, ਪਿੰਡ ਮੇਰਾ ਕੋਟ ਮੁਹੰਮਦ ਖਾਂ। ਅੱਧੀ ਪੈਲੀ ਮੇਰੇ ਕੋਲ ਚੰਬਾ ਖੁਰਦ ਦੀ ਆ, ਇਹਦੇ ਬਲਾਕ ਦੇ ਵਿੱਚ ਆਏ ਆ। ਜਿਹੜੀ ਪੈਲੀ ਆ ਮੈਨੂੰ 2-3 ਸਾਲ ਤੋਂ ਮੈਂ ਠੇਕੇ ਤੇ ਲੈ ਰਿਹਾ ਵਾਂ, ਬਲਾਕ ਤੋਂ 3 ਸਾਲ ਤੋਂ ਹੀ ਬਾਹਰ ਆ। ਇਹਨਾਂ ਨੇ ਐਗਦੀ 3 ਬੋਲੀਆਂ ਕਰਾਈਆਂ ਵਾ, 3 ਬੋਲੀਆਂ 'ਚ ਅਸੀਂ ਹਾਜ਼ਰ ਹੋਏ ਹਾਂ। 3 ਵਾਰ ਬੋਲੀ ਜਿਹੜੀ ਆ ਸਾਡੇ ਨਾਂ ਤੇ ਟੁੱਟੀ ਆ। ਸਾਡੇ ਕੋਲ ਨਾ ਪੈਸੇ ਨਹੀਂ ਜਮ੍ਹਾਂ ਕਰਵਾਏ, ਕਹਿੰਦੇ ਆ ਤੁਹਾਨੂੰ ਪੈਲੀ ਨਹੀਂ ਦੇਣੀ, ਕਿਉਂਕਿ ਅਸੀਂ ਤਾਂ ਰੂਟੀਨ ਦੇ ਵਿੱਚ ਹੀ ਆਪਣੀ ਪੈਲੀ ਵਾਹ ਰਹੇ ਹਾਂ 3 ਸਾਲ ਤੋਂ, ਹਰ ਵਾਰੀ ਠੇਕੇ ਤੇ ਪੈਲੀ ਦਿੰਦੇ ਆ। ਇਹਦਾ ਜਸਵੀਰ ਸਿੰਘ ਸਰਪੰਚ ਆ ਦੀ ਘਰ ਵਾਲੀ, ਇਹ ਕਹਿ ਰਿਹਾ ਵੀ ਤੁਹਾਨੂੰ ਪੈਲੀ ਨਹੀਂ ਦੇਣੀ। ਚੰਬੇ ਦੀ ਪੈਲੀ ਇਹੋ 1.25 ਕਿੱਲਾ ਵਾ ਤੇ ਜਿਹੜਾ ਕਿ ਆਮਦਨਾ ਪਿੰਡ ਦੀ ਇਹਨਾਂ ਖਤਮ ਕਰ ਦਿੱਤੀ ਹੋਈ ਆ। ਮੇਰੇ ਉੱਤੇ ਇਹਨਾਂ ਨੇ ਜਾਲੀ ਪਰਚਾ, ਝੂਠਾ ਪਰਚਾ ਦਰਜ ਕਰਾਤਾ ਵੀ ਇਹਨੇ ਪੈਲੀ ਦੇ ਉੱਤੇ ਕਬਜ਼ਾ ਕੀਤਾ ਵਾ, ਜਦੋਂ ਕਿ ਮੈਂ ਪਿਛਲੇ ਸਾਲਾਂ ਦਾ ਠੇਕਾ ਤਾਰਿਆ ਆ ਵਾ ਨਵਾਂ। ਜਦੋਂ ਹਰ ਵਾਰੀ ਅਸੀਂ ਜਾਂਦੇ ਆ, ਜਦੋਂ ਇਹ ਬੋਲੀ ਦੇ ਸਪੀਕਰ 'ਚ ਬੁਲਾਉਂਦੇ ਆ, 3 ਵਾਰੀ ਅਸੀਂ ਬੋਲੀ ਕਰਾ ਚੁੱਕੇ ਆ। ਵੀਡੀਓ ਸਾਹਿਬ ਨੂੰ 3, 4, 5 ਵਾਰੀ ਮਿਲ ਚੁੱਕੇ ਆ। ਫੋਨ ਤੇ ਵੀ ਇਹਨਾਂ ਨਾਲ ਕੰਟੈਕਟ ਹੋ ਚੁੱਕੇ ਆ। ਜਿਹੜੀ ਮੈਂ ਫੋਨ ਦੀ ਕਾਲ ਡਿਟੇਲ ਆ ਉਹ ਕਢਾ ਕੇ ਤੁਹਾਨੂੰ ਦੇ ਦੇਵਾਂਗਾ ਵੀ ਕਿੰਨੀ ਵਾਰ ਵੀਡੀਓ ਸਾਹਿਬ ਨਾਲ ਗੱਲ ਹੋਈ ਆ। ਫਿਰ ਸਾਡਾ ਤਰਨਤਾਰਨ ਬੈਠ ਕੇ ਗੱਲ ਹੋਈ ਵੀਡੀਓ ਸਾਹਿਬ ਨਾਲ, ਕਹਿੰਦੇ ਵੀ ਪਹਿਲੋਂ ਬੋਲੀ ਜ਼ਿਆਦਾ ਮਹਿੰਗੀ ਸੀ ਤੇ ਹੁਣ ਘੱਟ ਜਾ ਰਹੀ ਆ, ਕਿਉਂਕਿ ਪਹਿਲੋਂ ਗਾਹਕ ਹੋਰ ਹੈਗਾ ਸੀ, ਹੁਣ ਐਕ ਦੀ ਗਾਹਕ ਇੱਕੋ ਰਹਿ ਗਿਆ, ਬੋਲੀ ਘੱਟ ਗਈ ਆ। ਉਹ ਕਹਿੰਦੇ ਵੀ ਸਾਨੂੰ ਤੂੰ ਕੁਛ ਨਾ ਕੁਛ ਵਧਾਓ। 30000 ਦੀ ਬੋਲੀ ਆ, ਮੈਂ 40000 ਦੇ ਵਿੱਚ DDPO ਦਫ਼ਤਰ ਬਹਿ ਕੇ ਸਾਡਾ 40000 'ਚ ਗੱਲ ਹੋਈ ਆ। 35000 ਮੈਂ ਵੀਡੀਓ ਸਾਹਿਬ ਨੂੰ ਦੇ ਆਇਆ। ਮੈਂ 5000 ਸਵੇਰੇ ਰਸੀਦ ਕੱਟ ਦਿਓ, ਸਵੇਰੇ ਤੁਹਾਨੂੰ ਦੇ ਜਾਵਾਂਗਾ। ਮੈਂ ਤਾਂ ਰਸੀਦ ਕਟਾਉਣ ਜਾਣੀ ਆ, ਮੈਂ ਜਾ ਕੇ ਪੈਲੀ 'ਚ ਪਾਣੀ ਛੱਡ ਕੇ ਪੈਲੀ ਵਾਹੀ ਆ। ਇਹਨਾਂ ਨੇ ਕੀ ਉਲਟਾ ਲਿਖ ਕੇ ਦੇਤਾ ਵੀ ਨਜਾਇਜ਼ ਕਬਜ਼ਾ ਕਰ ਲਿਆ ਤੇ ਇਹਨਾਂ ਨੇ ਮੇਰੇ ਤੇ ਨਜਾਇਜ਼ ਕਬਜ਼ੇ ਦਾ ਪਰਚਾ ਦਰਜ ਕਰਾਤਾ। ਤੇ ਵੀਡੀਓ ਸਾਹਿਬ ਨੇ ਮੇਰੇ ਨਾਲ ਸਾਰੀ ਗੱਲਬਾਤ ਕਰਕੇ ਪੰਚਾਇਤ ਆਂਦੀ ਵੀ ਇਹਨਾਂ ਨੂੰ ਪਹਿਲੀ ਦੇਣੀ ਨਹੀਂ। ਨਿਸ਼ਾਨ ਸਿੰਘ ਅਕਾਲੀ ਦਲ ਨਾਲ ਸੰਬੰਧਤ ਆ, ਜੇ ਅਕਾਲੀ ਦਲ ਨਾਲ ਸਾਨੂੰ ਮਾਰ ਦਿਓ, ਪਿੰਡੋਂ ਕੱਢ ਦਿਓ ਸਾਨੂੰ, ਵੀ ਅਸੀਂ ਸਾਡੀ ਗਲਤੀ ਤੇ ਅਸੀਂ ਅਕਾਲੀ ਆ। ਬਗੀਚਾ ਸਿੰਘ ਜਿਹੜਾ ਵਾ ਮੈਂਬਰ ਪੰਚਾਇਤ, ਉਸ ਟਾਈਮ ਤੇ ਗੱਡੀ ਦੇ ਉੱਤੇ ਸੀਗਾ, ਕਿਹੜੀ ਜਗ੍ਹਾ ਤੇ ਹੈਦਰਾਬਾਦ ਗੱਡੀ ਤੇ ਸੀਗਾ ਤੇ ਉਹਦੇ ਸਾਈਨ ਇਹਨਾਂ ਜਾਲੀ ਕੀਤੇ ਹੋਏ ਵਿੱਚ। ਮੈਂਬਰ ਪੰਚਾਇਤ ਮੌਜੂਦਾ ਹਾਜ਼ਰ ਹੀ ਨਹੀਂ ਹੈਗਾ, ਉਹਦੇ ਨਾਲ ਤੁਸੀਂ ਹੁਣ ਵੀਡੀਓ ਨੂੰ ਮਿਲਣ ਆਏ ਹੋ? ਵੀਡੀਓ ਸਾਹਿਬ ਨੂੰ ਅਸੀਂ ਮਿਲਣ ਆਏ ਆ ਤੇ ਅਸੀਂ ਮੀਡੀਆ ਦਾ ਆਸਰਾ ਲਿਆ ਵੀ ਸਾਡੇ ਨਾਲ ਜਾ ਕੇ ਤੁਸੀਂ ਜਿਹੜੀ ਹਰਕਤ ਲਾਸਟ ਬੋਲੀ ਕੀਤੀ ਆ, ਇਹ ਕਿੰਨੇ ਦੀ ਬੋਲੀ ਦਿੱਤੀ ਤੁਸੀਂ? 30000 ਦੀ ਬੋਲੀ ਲਾਸਟ ਸਾਡੀ, ਮਤਲਬ ਫਾਈਨਲ ਹੋ ਗਈ। ਫਾਈਨਲ ਹੋ ਗਈ 30000 ਚ, ਕਹਿੰਦੇ ਪਰ ਤੁਹਾਨੂੰ ਪਹਿਲੀ ਨਹੀਂ ਦੇਣੀ। ਤਿੰਨ ਬੋਲੀਆਂ ਹੋਈਆਂ, ਪਹਿਲੀ ਬੋਲੀ 35000 ਦੀ, ਦੂਜੀ 31000 ਦੀ, ਤੀਜੀ 30000 ਦੀ ਹੋਈ ਆ। ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਮੰਗ ਕਰਦੇ ਆ ਕਿ ਬੋਲੀ ਕਰਾ ਕੇ ਸਾਨੂੰ ਪਹਿਲੀ ਦਿੱਤੀ ਜਾਵੇ, ਜੇ ਕੋਈ ਵੱਧ ਬੋਲੀ ਦਿੰਦਾ ਤੇ ਉਹਨੂੰ ਦਿੱਤੀ ਜਾਵੇ ਪਹਿਲੀ। ਪਿੰਡ ਦਾ ਨੁਕਸਾਨ ਨਾ ਕੀਤਾ ਜਾਵੇ, ਸਰਪੰਚ ਜਿਹੜਾ ਵਾ ਪਿੰਡ ਦਾ ਨੁਕਸਾਨ ਕਰ ਰਿਹਾ ਵਾ। ਜਿਹੜਾ ਪੰਚਾਇਤ ਦਾ ਫੰਡ, ਅੱਗੇ ਪੰਚਾਇਤ ਕੋਲ ਪਹਿਲੀ ਥੋੜੀ ਆ, ਸਰਪੰਚ ਦੇ ਥੱਲੇ 2 ਕਨਾਲਾਂ ਪਹਿਲੀ ਸਰਪੰਚ ਨੇ ਕੋਠੇ ਪਾਏ ਆ, 2 ਢਾਈ 3 ਕਨਾਲਾਂ ਚ ਮੈਂਬਰਾਂ ਨੇ। ਇੱਕ ਕਸ਼ਮੀਰ ਸਿੰਘ ਦੇ ਘਰੋਂ ਉਹਨੇ ਕੋਠੇ ਪਾਏ ਆ, 1-2 ਬੰਦੇ ਇਹਨਾਂ ਦੇ ਨਾਲ ਹੋਰ ਆਉਂਦੇ ਆ, ਮੈਂ ਉਹਨਾਂ ਦੇ ਨਾਂ ਨਹੀਂ ਜਾਣਦਾ, ਉਹਨਾਂ ਵਿੱਚ ਪੰਚਾਇਤ ਦੀ ਪਹਿਲੀ ਦਾ ਕਬਜ਼ਾ ਕੀਤਾ। ਜੇ ਨਾ ਰੁੱਖ ਲਾਉਣੇ ਆ ਉਹ ਪਹਿਲੀ ਵੇਲੀ ਕਰਾ ਕੇ ਉੱਥੇ ਲਾਉਣ, ਜਿਹੜੀ ਪਹਿਲੀ ਖਾਲੀ ਆ। ਉਪਜਾਈ ਪਹਿਲੀ ਨੂੰ ਬੰਜਰ ਨਾ ਬਣਾਉਣ, ਇੰਨੀ ਬੇਨਤੀ ਕਰਨਾ। ਇਹ ਚੰਬਾ ਖੁਰਦ ਦੀ ਪੈਲੀ ਹੈ ਜੀ, ਲਗਭਗ 2 ਕਿੱਲੇ। ਇਹਦੀਆਂ ਬੋਲੀਆਂ ਰੱਖੀਆਂ ਸੀ 3 ਤੇ ਪਿਛਲੀ ਵਾਰੀ ਜਿਹੜੀ ਇਹਦੀ ਬੋਲੀ ਸੀ ਉਹ 81000 ਚ ਗਈ। ਐਤਕੀ ਇਹ ਜਿਹੜੀ ਆ ਗਈ 30, 35, 40000 ਤੋਂ ਵਧਣ ਨਹੀਂ ਡਈ ਬੋਲੀ। ਇਸ ਕਰਕੇ 3 ਬੋਲੀਆਂ ਦੀਆਂ ਕੈਂਸਲ ਕੀਤੀਆਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿ ਪਿਛਲੇ ਸਾਲ ਨਾਲੋਂ ਬੋਲੀ ਵਧਣੀ ਚਾਹੀਦੀ ਹੈ। ਇਸ ਕਰਕੇ ਇਹਦੀਆਂ ਬੋਲੀਆਂ ਜਿਹੜੀਆਂ ਕੈਂਸਲ ਕੀਤੀਆਂ, ਕਿਉਂਕਿ ਇਹ ਬੋਲੀ ਪਿਛਲੇ ਸਾਲ ਨਾਲੋਂ ਵੱਧ ਨਹੀਂ ਰਹੀ ਸੀ। ਤੇ ਦੂਸਰਾ ਜਿਹੜਾ ਕਿ ਪੰਚਾਇਤ ਨੇ ਸਾਨੂੰ ਮਤਾ ਪਾ ਕੇ ਦਿੱਤਾ ਸੀ ਕਿ ਇਹ ਮੁੰਡਾ ਜਿਹੜਾ ਹੈਗਾ ਜੇ ਨਿਸ਼ਾਨ ਸਿੰਘ, ਇਹਨੇ ਪਹਿਲੀ ਬਿਨਾਂ ਬੋਲੀ ਤੋਂ ਬਾਅਦ ਹੀ ਹੈ, ਉਹਦੇ ਅਸੀਂ ਪੁਲਿਸ ਨੂੰ ਕਾਰਵਾਈ ਕਰਨ ਲਈ ਲਿਖਿਆ ਨੇ। ਹਾਂਜੀ, ਇਹ 2 ਸਾਲ ਤੋਂ ਵਾਉਂਦਾ ਹੋਣ ਰਿਹਾ ਪਹਿਲੀ। ਨਹੀਂ, ਸਿਆਸੀ ਕੋਈ ਨਹੀਂ ਆ, ਬਸ ਇਹਨੇ ਜਿਹੜੀ ਗਲਤੀ ਕੀਤੀ ਆ ਕਿ ਬਿਨਾਂ ਬੋਲੀ ਤੋਂ ਪਹਿਲੀ ਵਾਹੀ ਹੈ। ਪਿਛਲੇ ਸਾਲ ਨਾਲੋਂ ਜੀ ਵੱਖ-ਵੱਖ ਕ੍ਰਾਈਟੇਰੀਆ ਵਾ, 5000 10000 ਮਤਲਬ ਇਸ ਤਰ੍ਹਾਂ ਵੱਧਦੀ ਹੈ ਬੋਲੀ, 10% 5%। ਇੱਕ ਹੋਰ ਕ੍ਰਾਈਟੇਰੀਆ ਸਰਕਾਰ ਕੋਲ, ਜੇ ਨਹੀਂ ਵੱਧਦੀ ਤਾਂ ਉੱਥੇ ਬੂਟੇ ਵੀ ਲਾ ਸਕਦੀ ਪੰਚਾਇਤ, ਉਹ ਪੰਚਾਇਤ ਦੀ ਸਹਿਮਤੀ ਨਾਲ ਫਿਰ ਉੱਥੇ ਬੂਟੇ ਲਵਾਵਾਂਗੇ। ਦੇਖੋ ਹੁਣ ਜਿਹੜੀ ਪਹਿਲੀ ਨਹੀਂ ਚੜ੍ਹਦੀ ਉਹਨੂੰ ਆਪਾਂ ਖਾਲੀ ਵੀ ਨਹੀਂ ਰੱਖ ਸਕਦੇ ਤੇ ਘਾਟੇ 'ਚ ਵੀ ਨਹੀਂ ਦੇ ਸਕਦੇ। ਇਸ ਕਰਕੇ ਸਰਕਾਰ ਨੇ ਜਿਹੜਾ ਦੂਜਾ ਪਹਿਲੂ ਇਹਦਾ ਰੱਖਿਆ ਕਿ ਇੱਥੇ ਬੂਟੇ ਲਵਾ ਦਿਓ, ਬੂਟਿਆਂ ਨਾਲ ਵੀ ਸਰਕਾਰ ਦੀ ਆਮਦਨੀ ਆਉਣੀ ਹੈ।